ਕਿਸੇ ਦਾ ਮਰਿਆ ਇੱਕ, ਕਿਸੇ ਦੇ ਮਰੇ ਦੋ, ਤੀਜੀ ਲਹਿਰ ਆਉਣ ਵਾਲੀ, ਉਹ ਭਰਾਵਾ ਹੁਣ ਤੇ ਸੁਧਰ ਜਾਓ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਲਕਸ਼ਮੀ ਹਾਂਡਾ ਪਵਨ ਸਕੂਲ ਜਮਾਤ ਦਸਵੀਂ ਦੀ ਇੱਕ ਵਿਦਿਆਰਥੀ ਤੁਹਾਡੇ ਸਾਰਿਆਂ ਸਾਹਮਣੇ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ। ਦੋਸਤੋ, ਕਹਿੰਦੇ ਹਨ ਕਿ ਸਾਨੂੰ ਕੋਈ ਬਿਮਾਰੀ ਤਦ ਤੱਕ ਨਹੀਂ ਡਰਾਉਂਦੀ ਜਦ ਤੱਕ ਕੋਈ ਆਪਣਾ ਉਸ ਬਿਮਾਰੀ ਕਾਰਨ ਸਾਡੇ ਤੋਂ ਦੂਰ ਨਹੀਂ। ਪੰਜਾਬ ਵਿੱਚ ਕੁੱਲ ਹੁਣ ਤੱਕ 5,99,972 ਲੋਕ ਕੋਰੋਨਾ ਦੀ ਲੜਾਈ ਲੜ ਚੁੱਕੇ ਹਨ। ਉਹਨਾਂ ਵਿੱਚੋਂ ਕਈਆਂ ਨੇ ਤੇ ਇਹ ਜੰਗ ਜਿੱਤ ਲਈ, ਪਰ ਕਈ ਇਹ ਲੜਾਈ ਨੂੰ ਹਾਰ ਗਏ। ਉਹਨਾਂ ਵਿੱਚ ਕਈ ਬਜ਼ੁਰਗ, ਕਈ ਬੱਚੇ, ਕਈ ਨੌਜਵਾਨ ਵੀ ਸ਼ਾਮਿਲ ਸੀ। ਜਿਵੇਂ ਕੀ ਕਸੂਰ ਸੀ ਇਸ ਮਾਂ ਦਾ ਜਿਸਨੇ ਆਪਣਾ ਪੁੱਤਰ ਖੋ ਲਿਆ, ਕੀ ਕਸੂਰ ਸੀ ਇਸ ਚੂੜੇ ਵਾਲੇ ਹੱਥ ਦਾ ਜਿਸਨੇ 6 ਮਹੀਨਿਆਂ ਬਾਅਦ ਹੀ ਆਪਣਾ ਘਰ ਵਾਲਾ ਖੋਤਾ, ਕੀ ਕਸੂਰ ਹੈ ਇਸ ਬੱਚੇ ਦਾ ਜਿਸਨੇ ਆਪਣੇ ਮਾਂ ਬਾਪ ਕੋਰੋਨਾ ਕਾਰਨ ਖੋ ਲਏ। ਦੋਸਤੋ, ਕਸੂਰ ਕਿਸੇ ਦਾ ਨਹੀਂ ਹੈ, ਨਾ ਸਰਕਾਰਾਂ ਦਾ, ਨਾ ਇਹਨਾਂ ਲੋਕਾਂ ਦਾ। ਕਸੂਰ ਹੈ ਸਾਡਾ, ਸਾਡੀ ਸੋਚ ਦਾ। ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਵੈਕਸੀਨ ਲਵਾਵਾਂਗੇ ਤਾਂ ਸਾਡੇ ਸਰੀਰ ਨਾਲ ਚਿਮਚੇ ਕੜਛੀਆਂ ਚਮੜਨ ਲੱਗ ਪੈਣਗੀਆਂ, ਸਾਨੂੰ ਕੋਰੋਨਾ ਹੋ ਜਾਏਗਾ। ਦੋਸਤੋ, ਅਜਿਹਾ ਕੁਝ ਨਹੀਂ ਹੈ। ਵੈਕਸੀਨ ਲਵਾਉਣ ਨਾਲ ਸਾਡਾ ਪੰਜਾਬ ਬਚ ਸਕਦਾ ਹੈ। ਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇਕਰ ਪੰਜਾਬ ਨੂੰ ਕੋਰੋਨਾ ਤੋਂ ਬਚਾਉਣਾ ਹੈ ਨਾ, ਤਾਂ ਅੱਜ ਹੁਣੇ ਜਾ ਕੇ ਵੈਕਸੀਨ ਨੂੰ ਜ਼ਰੂਰ ਲਵਾਉਣਾ। ਕਰੋਨਾ ਬਾਏ ਬਾਏ। ਧੰਨਵਾਦ ਦੋਸਤੋ, ਹੁਣ ਮੈਂ ਕਦਮ ਚੱਕ ਲਏ, ਉਮੀਦ ਕਰਦੀ ਹਾਂ ਤੁਸੀਂ ਵੀ ਇਹ ਕਦਮ ਜ਼ਰੂਰ ਚੱਕੋ। ਪੰਜਾਬ ਦਾ ਭਵਿੱਖ ਤੁਹਾਡੇ ਹੱਥ ਵਿੱਚ। Thank you.